ਹਾਂਜੀ ਦੋਸਤੋ, ਹਮੇਸ਼ਾ ਕੁਦਰਤ ਨਾਲ ਜੁੜੀ ਜਾਂ ਸਿਹਤ ਨਾਲ ਜੁੜੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦਾ। ਮੈਂ ਕੋਸ਼ਿਸ਼ ਕਰਿਆ ਕਰੋ ਵੀ ਦਿਨ ਦੇ ਵਿੱਚ ਘੱਟੋ ਘੱਟ 15 ਮਿੰਟ ਤੋਂ ਵੱਧ 25 ਮਿੰਟ ਐਂ ਜ਼ਰੂਰ ਬੈਠਿਆ ਕਰੋ। ਇਸ ਐਂ ਬੈਠਣ ਨਾਲ ਬਹੁਤ ਸਾਰੇ ਫਾਇਦੇ ਹੈ। ਸਭ ਤੋਂ ਵੱਡਾ ਫਾਇਦਾ ਹੈ ਖਾਸ ਕਰ ਉਹਨਾਂ ਬੱਚਿਆਂ ਲਈ ਜਿਹੜੇ ਬੱਚੇ ਪੜ੍ਹਾਈ ਕਰਦੇ ਹੈ, ਕਿਉਂਕਿ ਗਿੱਟਿਆਂ ਦੇ ਵਿੱਚ ਆਪਾਂ ਆਮ ਹੀ ਪਹਿਲਾਂ ਕਹਾਵਤ ਸੀ ਵੀ ਤੇਰੀ ਅਕਲ ਗਿੱਟਿਆਂ 'ਚ ਹੈ। ਉਹ ਤਾਂ ਕਿਹਾ ਜਾਂਦਾ ਸੀਗਾ ਕਿਉਂਕਿ 250 ਗ੍ਰਾਮ ਖੂਨ ਇੱਧਰ ਅਤੇ 250 ਗ੍ਰਾਮ ਖੂਨ ਇੱਧਰ ਅਤੇ ਦਿਮਾਗ 'ਚ ਹੁੰਦਾ 170 ਗ੍ਰਾਮ। ਜਦੋਂ ਆਪਾਂ ਤੁਸੀਂ ਐਂ ਬਹਿੰਦੇ ਹੋ, ਖੂਨ ਜਿਹੜਾ ਹੈਗਾ ਪ੍ਰੈਸ਼ਰ ਬਣ ਕੇ ਖੂਨ ਦੇ ਪ੍ਰੈਸ਼ਰ ਬਣਦਾ ਔਰ ਦਬਾਅ ਬਣਾ ਕੇ ਪੂਰੀ ਬਾਡੀ ਦੇ ਵਿੱਚ ਰੋਟੇਟ ਕਰਦਾ, ਜਿਹਦੇ ਕਰਕੇ ਜਿਹੜਾ ਦਿਮਾਗ ਔਰ ਖੂਨ ਗਿੱਟਿਆਂ ਦਾ ਖੂਨ ਹੈਗਾ ਉਹ ਮਿਕਸ ਹੁੰਦੇ ਹੈ ਅਤੇ ਜਿਹਦੇ ਕਰਕੇ ਦਿਮਾਗ ਤੇਜ਼ ਹੁੰਦਾ। ਉਹ ਦੂਜਾ, ਇਹਦੇ ਨਾਲ ਪੇਟ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ। ਪਹਿਲਾਂ ਹੋ ਸਕਦਾ ਤੁਸੀਂ ਚਲੋ ਕੁਛ ਖਾਂਦੇ ਹੋ, ਇਸ ਕਰਕੇ ਮੈਂ ਉਹ ਜਿਹੇ ਸ਼ਬਦ ਨਹੀਂ ਪ੍ਰਯੋਗ ਕਰੂੰਗਾ। ਪਹਿਲਾਂ ਲੋਕ ਆਮ ਹੀ ਸਵੇਰੇ ਉੱਠਦਿਆਂ ਸਾਰ ਜਦੋਂ ਜਾਂਦੇ ਸੀਗੇ ਬਾਥਰੂਮ ਜਾਂਦੇ ਸੀ ਅਤੇ ਐਂ ਬੈਠਦੇ ਸੀਗੇ, ਉਦੋਂ ਲੋਕਾਂ ਦੇ ਦਿਮਾਗ ਤੇਜ਼ ਹੁੰਦੇ ਸੀਗੇ। ਮੈਂ ਇਹ ਨਹੀਂ ਕਹਿੰਦਾ ਵੀ ਅੱਜ ਦੀ ਜਨਰੇਸ਼ਨ ਦੇ, ਅੱਜ ਦੇ ਬੱਚਿਆਂ ਦੇ ਦਿਮਾਗ ਤੇਜ਼ ਨਹੀਂ ਹੈਗੇ, ਪਰ ਥੋੜ੍ਹੇ ਜਿਹੇ ਘੁੱਗੂ ਹੈ। ਘੁੱਗੂ ਮਤਲਬ ਸਾਡਾ ਇੱਕ ਠੇਠ ਸ਼ਬਦ ਹੈ ਵੀ ਦਿਮਾਗ ਉਨਾ ਤੇਜ਼ ਨਹੀਂ ਹੈਗਾ ਗਾ, ਮਤਲਬ ਅੱਜ ਦਾ ਦਿਮਾਗ ਹੋਰ ਤਰੀਕੇ ਨਾਲ ਤੇਜ਼ ਹੈ। ਪਹਿਲਾਂ ਲੋਕ ਉਂਗਲਾਂ 'ਤੇ ਹਰ ਚੀਜ਼ ਨੂੰ ਕੈਲਕੂਲੇਟ ਕਰ ਲੈਂਦੇ ਸੀਗੇ, ਹਰ ਚੀਜ਼ ਸਿਕਸ ਸੈਂਸ ਲੋਕਾਂ ਦੀ ਬੜੀ ਸਟਰੋਂਗ ਹੁੰਦੀ ਸੀਗੀ, ਉਹਦਾ ਕਾਰਨ ਕਿਤੇ ਨਾ ਕਿਤੇ ਇਹੀ ਸੀਗਾ। ਇਸ ਕਰਕੇ ਆਪਣੇ ਬੱਚਿਆਂ ਨੂੰ ਜਾਂ ਜਿਹੜਾ ਬਜ਼ੁਰਗ ਤੱਕ ਵੀ ਐਂ ਬੈਠ ਸਕਦਾ 15 ਮਿੰਟ ਤੋਂ ਲੈ ਕੇ 25 ਮਿੰਟ ਤੱਕ, ਜਦੋਂ ਵੀ ਤੁਹਾਨੂੰ ਸਮਾਂ ਲੱਗੇ ਐਂ ਜ਼ਰੂਰ ਬੈਠੋ ਅਤੇ ਤੁਸੀਂ ਵੇਖੋਗੇ ਵੀ 15-20 ਦਿਨ ਮਹੀਨੇ ਦੇ ਵਿੱਚ ਤੁਹਾਨੂੰ ਅਸਰ ਬੋਡੀ ਦੇ ਵਿੱਚ, ਸਰੀਰ ਦੇ ਵਿੱਚ ਵੀ, ਪੇਟ ਨੂੰ ਲੈ ਕੇ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਅਤੇ ਦਿਮਾਗ ਨੂੰ ਲੈ ਕੇ ਤੁਹਾਨੂੰ ਫਰਕ ਮਹਿਸੂਸ ਹੋ। ਬੱਚਿਆਂ ਨੂੰ ਜ਼ਰੂਰ ਪ੍ਰੇਰਿਤ ਕਰੋ ਇਸ ਚੀਜ਼ ਲਈ। ਧੰਨਵਾਦ।